ਜੀਕੇ ਯੂ 90.4 ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਪ੍ਰੀਤ ਪ੍ਰਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰੋਤਿਓ। ਲੜੀਵਾਰ ਨੋ ਯੂਅਰ ਟੀਚਰ ਦੇ ਵਿੱਚ ਅਗਲੀ ਕੜੀ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ। ਅੱਜ ਸਾਡੇ ਨਾਲ ਜੋ ਮਹਿਮਾਨ ਨੇ ਡਾਕਟਰ ਗੁਰਪ੍ਰੀਤ ਕੌਰ, ਡੀਨ ਫੈਕਲਟੀ ਆਫ ਲਾਅ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਅਤੇ ਜਿਵੇਂ ਅਸੀਂ ਪਹਿਲਾਂ ਹੀ ਦੱਸਦੇ ਹਾਂ ਵੀ ਸਾਰੇ ਸਟੂਡੈਂਟਸ ਨੂੰ ਉਹਨਾਂ ਦੇ ਟੀਚਰ ਦੀ ਜਿਹੜੀ ਲਾਈਫ ਜਰਨੀ ਹੈ ਜਾਂ ਅਕੈਡਮਿਕ ਜਰਨੀ ਹੈ ਉਹ ਪਤਾ ਹੋਣੀ ਚਾਹੀਦੀ ਹੈ। ਅਤੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਨਾਂ ਦਾ ਕਿਵੇਂ ਦਾ ਸਫ਼ਰ ਰਿਹਾ, ਜਾਂ ਇਹਨਾਂ ਦੀ ਅਕੈਡਮਿਕ ਜਰਨੀ ਦੀ ਗੱਲ ਕਰੀਏ ਜਾਂ ਓਵਰਆਲ ਲਾਈਫ ਦੀ ਗੱਲ ਕਰੀਏ। ਤਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਮਹਿਮਾਨ ਦਾ। ਮੈਮ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਮਨਪ੍ਰੀਤ ਮੈਮ ਜੀ। ਗੁਰਪ੍ਰੀਤ ਮੈਮ, ਜਿਵੇਂ ਇੱਕ ਏਰੀਏ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਆਪਾਂ ਬਠਿੰਡਾ ਦੇ ਵਿੱਚ ਰਹਿ ਰਹੇ ਹਾਂ, ਤੁਸੀਂ ਤੁਹਾਡਾ ਦੱਸਿਆ ਵੀ ਤੁਹਾਡੀ ਪੇਰੈਂਟਸ ਸਾਈਡ ਜਿਹੜੀ ਹੈਗੀ ਆ ਅਬੋਹਰ ਸਾਈਡ ਤੋਂ ਤੁਸੀਂ ਬਿਲੋਂਗ ਕਰਦੇ ਹੋ। ਜਦੋਂ ਅਸੀਂ ਇੱਕ ਨਵੇਂ ਥਾਂ 'ਤੇ ਆਉਣੀ ਹੈ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਐਡਜਸਟ ਕਰਨੀਆਂ ਪੈਂਦੀਆਂ, ਖਾਸ ਕਰਕੇ ਕੁੜੀਆਂ ਨੂੰ ਇੱਕ ਨਵੇਂ ਪਰਿਵਾਰ ਦੇ ਵਿੱਚ। ਕਿਤੇ ਬੋਲੀ ਦਾ ਵੀ ਫਰਕ ਪੈ ਜਾਂਦਾ, ਰਹਿਣ ਸਹਿਣ ਦਾ ਵੀ ਫਰਕ ਪੈ ਜਾਂਦਾ। ਜੇ ਇੱਕ ਦਹਾਕਾ ਪਿੱਛੇ ਜਾਈਏ ਤਾਂ ਸਾਨੂੰ ਇਹ ਕਿਹਾ ਜਾਂਦਾ ਸੀ ਵੀ ਬਠਿੰਡਾ ਜਿਹੜਾ ਹੈਗਾ ਥੋੜ੍ਹਾ ਜਿਹਾ ਬੈਕਵਰਡ ਏਰੀਆ। ਅਤੇ ਫਿਰ ਤੁਹਾਡਾ ਕਿਵੇਂ ਰਿਹਾ ਐਕਸਪੀਰੀਅੰਸ ਬਠਿੰਡੇ ਆ ਕੇ? ਬਠਿੰਡੇ ਮੈਮ ਅਸੀਂ 2016 ਚ ਆਏ ਹਾਂ ਜੀ, ਔਰ ਉਦੋਂ ਬਠਿੰਡਾ ਬਹੁਤ ਡਿਵੈਲਪ ਹੋ ਚੁੱਕਿਆ ਸੀ। ਆਪਾਂ ਮਤਲਬ 10 ਸਾਲ ਪਹਿਲੇ ਦੀ ਗੱਲ ਕਰ ਰਹੇ ਹਾਂ, ਤਾਂ ਹੁਣ ਦੇਖੀਏ ਤਾਂ ਵਿਦ ਇਨ 5 or 6 ਈਅਰ ਹੀ ਬੜਾ ਡਿਵੈਲਪ ਹੋ ਗਿਆ। ਜਿਵੇਂ ਮੇਰੇ ਪੇਰੈਂਟਸ ਹਾਊਸ ਅਬੋਹਰ ਦੇ ਹੈ, ਤਾਂ ਮੇਰੀ ਬੀਕੌਮ ਦੀ ਸਟੱਡੀ ਜਿਹੜੀ ਹੈ, ਬੀਕੌਮ ਤੱਕ ਦੀ ਸਟੱਡੀ, ਉਹ ਅਬੋਹਰ ਦੀ ਹੋਈ ਹੈ। ਉਸ ਤੋਂ ਬਾਅਦ ਮੈਂ ਲਾਅ ਕੀਤੀ ਹੈ, ਲਾਅ LLB LLM ਅਤੇ PhD ਮੇਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈ ਜੀ। ਤਾਂ ਮੈਂ ਉੱਥੇ 5 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਰਹੀ ਹਾਂ। ਉਸ ਤੋਂ ਬਾਅਦ ਜੇ ਮੇਰੀ ਜੋਬ ਦੀ ਗੱਲ ਕਰੀਏ ਤਾਂ ਮੈਂ ਬਾਬਾ ਫਰੀਦ ਲਾਅ ਕਾਲਜ ਤੋਂ ਜੋਬ ਸਟਾਰਟ ਕੀਤੀ, ਤਾਂ 1 ਸਾਲ ਮੈਂ ਉੱਥੇ ਵੀ ਜੋਬ ਕੀਤੀ ਹੈ, 1 ਸਾਲ ਮੈਂ ਉੱਥੇ ਰਹੀ ਹਾਂ। ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ, ਮੈਰਿਜ ਤੋਂ ਬਾਅਦ ਅਸੀਂ ਸਰਹੰਦ ਰਹੇ ਹਾਂ, ਤਾਂ 7 ਸਾਲ ਅਸੀਂ ਸਰਹੰਦ ਰਹੇ ਹਾਂ, ਉੱਥੇ ਜੋਬ ਕੀਤੀ ਹੈ। ਉਸ ਤੋਂ ਬਾਅਦ ਅਸੀਂ ਬਠਿੰਡਾ ਸ਼ਿਫਟ ਹੋਏ ਹਾਂ, ਤਾਂ ਇੱਕ ਤਰ੍ਹਾਂ ਅਸੀਂ ਕਹਿ ਲਈਏ ਤਾਂ ਪੰਜਾਬ ਦੇ ਕਾਫੀ ਏਰੀਆਸ ਕਵਰ ਹੋ ਗਏ, ਅਤੇ ਇਹਦੇ ਨਾਲ ਹੀ ਮੇਰੀ ਮੈਰਿਜ ਜਿਹੜੀ ਉਹ ਅੰਮ੍ਰਿਤਸਰ 'ਚ ਹੋਈ ਜੀ। ਅਸੀਂ ਅੰਮ੍ਰਿਤਸਰ ਵੀ ਓਬਵੀਅਸਲੀ ਉੱਥੇ ਰਹਿਣੇ ਸੀ, ਤਾਂ ਕੁਛ ਚਿਰ ਅਸੀਂ ਮੋਹਾਲੀ ਵੀ ਰਹੇ ਹਾਂ, ਤਾਂ ਮੇਰੀ ਇੱਕ ਲੈਂਗੁਏਜ ਜਿਹੜੀ ਹੈ ਮਿਕਸ ਬਣ ਗਈ। ਤਾਂ ਮੈਨੂੰ ਕੋਈ ਦੇਖ ਕੇ ਜਾਂ ਮੇਰੀ ਲੈਂਗੁਏਜ ਸੁਣ ਕੇ ਇਹ ਨਹੀਂ ਕਹਿੰਦਾ ਕਿ ਮੈਂ ਪਰਟੀਕੁਲਰਲੀ ਮਾਝੇ ਦੀ ਹਾਂ, ਮਾਲਵੇ ਦੀ ਹਾਂ ਜਾਂ ਕਿਸੇ ਵੀ ਇੱਕ ਪਰਟੀਕੁਲਰ ਸਾਈਡ ਦੀ ਹਾਂ। ਤਾਂ ਲੈਂਗੁਏਜ ਦਾ ਮੈਨੂੰ ਕੋਈ ਬੈਰੀਅਰ ਨਹੀਂ ਆਇਆ ਕਦੀ ਵੀ। ਬਠਿੰਡੇ ਠੀਕ ਹੈ, ਜਦੋਂ ਦਿਲ ਕਰਦਾ ਘੁੰਮਣ ਚੰਡੀਗੜ੍ਹ ਚਲੀ ਜਾਈਦੀ ਹੈ, ਜੇ ਮਨ ਕਰਦਾ ਉੱਥੇ, ਤਾਂ ਅਦਰਵਾਈਜ਼ ਬਠਿੰਡੇ 'ਚ ਵੀ ਸਾਰਾ ਕੁਛ ਲੱਗਦਾ ਹੀ ਮੇਰੇ ਕਮੀ ਹੈ। ਬਿਲਕੁਲ, ਇਹ ਕਹਿ ਲਓ ਵੀ ਮਾਝਾ ਮਾਲਵਾ ਦੁਆਬਾ ਜਿਹੜਾ ਹੈਗਾ ਸਾਰਾ ਹੀ ਤੁਸੀਂ ਘੁੰਮ ਕੇ ਦੇਖ ਚੁੱਕੇ ਹੋ। ਵੈਸੇ ਵੀ ਇੱਕ ਗੱਲ ਬਹੁਤ ਪੁਰਾਣੀ ਹੋ ਗਈ ਹੈਗੀ ਹੈ, ਜਦੋਂ ਕੁੜੀਆਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ, ਸਿਰਫ ਘਰੇ ਰੱਖਿਆ ਜਾਂਦਾ ਸੀਗਾ ਉਹਨਾਂ ਨੂੰ, ਉਹਨਾਂ ਨੂੰ ਥੋੜ੍ਹਾ ਜਿਹਾ ਲੱਗਦਾ ਹੁੰਦਾ ਸੀ ਵੀ ਅਸੀਂ ਨਵੇਂ ਥਾਂ 'ਤੇ ਜਾਣਾ ਹੈ, ਸਾਡੇ ਨਾਲ ਪਤਾ ਨਹੀਂ ਕਿਵੇਂ ਹੋਊਗਾ। ਜਦੋਂ ਆਪਾਂ ਐਜੂਕੇਸ਼ਨ ਪ੍ਰਾਪਤ ਕਰ ਚੁੱਕੇ ਹਾਂ, ਆਪਾਂ ਕਦੇ ਪਟਿਆਲਾ ਯੂਨੀਵਰਸਿਟੀ ਕਦੇ ਕਿਸੇ ਕਾਲਜ ਦੇ ਵਿੱਚ, ਅਤੇ ਮੈਨੂੰ ਲੱਗਦਾ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਸਾਨੂੰ ਆਪਣੇ ਆਪ ਹੀ ਐਡਜਸਟ ਕਰਨਾ ਆ ਜਾਂਦਾ ਵੀ ਜਦੋਂ ਅਸੀਂ ਕਿਤੇ ਨਵੇਂ ਥਾਂ 'ਤੇ ਜਾਣਾ ਤਾਂ ਅਸੀਂ ਐਡਜਸਟ ਕਿਵੇਂ ਕਰਨਾ। ਸੋ ਅਕੈਡਮਿਕ ਜਰਨੀ ਦੀ ਵੀ ਤੁਸੀਂ ਗੱਲ ਕੀਤੀ, ਅਤੇ ਨਾਲ ਨਾਲ ਤੁਸੀਂ ਇਹ ਵੀ ਜੋਬ ਤੁਸੀਂ ਵੱਖ ਵੱਖ ਕਾਲਜਸ ਦੇ ਵਿੱਚ ਕੀਤੀ, ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ? ਜਿਵੇਂ ਕਹਿੰਦੇ ਨਾ, ਪਹਿਲੇ ਦਿਨ ਜਦੋਂ ਕੋਈ ਕੰਮ ਕਰਨਾ ਹੁੰਦਾ ਤਾਂ ਸਾਨੂੰ ਡਰ ਬਹੁਤ ਲੱਗਦਾ ਹੁੰਦਾ ਵੀ ਅਸੀਂ ਇਹ ਕਿਵੇਂ ਕਰਾਂਗੇ। ਪਹਿਲੇ ਕਾਲਜ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ, ਤੁਹਾਨੂੰ ਕਿਵੇਂ ਲੱਗਿਆ ਅਤੇ ਕਿੰਨਾ ਕੁ ਕੁਛ ਜਿਹੜਾ ਲੱਗਦਾ ਹੁੰਦਾ ਵੀ ਹਜੇ ਵੀ ਸਾਨੂੰ ਇੰਪਰੂਵ ਕਰਨ ਦੀ ਲੋੜ ਹੈਗੀ ਹੈ ਜੀ? ਜਿਵੇਂ ਮੈਮ ਮੇਰੇ ਬ੍ਰਦਰ ਸਿਸਟਰ ਸਾਰੀ ਮੇਰੇ ਤੋਂ ਵੱਡੇ ਆ, ਮੈਂ ਸਭ ਤੋਂ ਛੋਟੀ ਹਾਂ ਘਰ 'ਚ, ਤਾਂ ਇੱਕ ਪੈਂਪਰਡ ਚਾਈਲਡ ਜਿਵੇਂ ਹੁੰਦਾ ਉਵੇਂ ਹੀ ਰਹੀ ਹਾਂ ਮੈਂ ਉੱਥੇ ਘਰ। ਜਦੋਂ ਮੈਂ ਆਈ ਉੱਥੇ ਪਟਿਆਲਾ, ਤਾਂ ਮੇਰੀਆਂ ਹਮੇਸ਼ਾ ਫਰੈਂਡਸ ਵੀ ਨਾ ਮੇਰੇ ਤੋਂ 1-1.5 ਸਾਲ ਵੱਡੀਆਂ ਰਹੀਆਂ, ਮਤਲਬ ਏਜ ਮੇਟ ਹੀ ਹੋ ਗਿਆ ਉਹ ਚੀਜ਼ ਜੀ, ਬਟ ਉਹਨਾਂ ਨੇ ਵੀ ਹਮੇਸ਼ਾ ਮੈਨੂੰ ਪੈਂਪਰਡ ਵਾਲਾ ਉਸ ਐਟਮੋਸਫੀਅਰ 'ਚ ਮੇਰੀ ਜਿਵੇਂ ਅਪਬ੍ਰਿੰਗਿੰਗ ਅਸੀਂ ਕਹੀਏ ਤਾਂ ਹੋਈ ਹੈ। ਅਤੇ ਜਦੋਂ ਮੈਂ ਜੋਬ ਜੁਆਇਨ ਕੀਤੀ ਤਾਂ ਉੱਥੇ ਵੀ ਮੈਂ ਯੰਗ ਸੀ,
ਤਾਂ ਉੱਥੇ ਵੀ ਪੈਂਪਰਡ ਜੀ, ਮਤਲਬ ਜਿੱਥੇ ਮੈਨੂੰ ਲੱਗਿਆ ਕਿ ਕੋਈ ਕਮੀ ਹੈ ਮੇਰੇ 'ਚ ਜਾਂ ਮੈਂ ਕੋਈ ਚੀਜ਼ ਨਹੀਂ ਕੋਪ ਅਪ ਕਰ ਪਾ ਰਹੀ, ਤਾਂ ਮੈਂ ਆਪਣੇ ਸੀਨੀਅਰਸ ਤੋਂ ਜਿਵੇਂ ਗਾਈਡੈਂਸ ਲਈ, ਉਹਨਾਂ ਨੇ ਬੜਾ ਅੱਛਾ ਗਾਈਡ ਕੀਤਾ। ਅਦਰਵਾਈਜ਼ ਆਪਾਂ ਕਹਿੰਦੇ ਹਾਂ ਕਿ ਕੋਈ ਸਹੀ ਸੁਜੈਸ਼ਨ ਨਹੀਂ ਦਿੰਦਾ, ਐਡਵਾਈਸ ਨਹੀਂ ਕਰਦਾ, ਬਟ ਟੱਚ ਵੁੱਡ ਅੱਜ ਤੱਕ ਮੈਨੂੰ ਜਿਹੜੀ ਵੀ ਐਡਵਾਈਸ ਦਿੱਤੀ ਹੈ ਜਾਂ ਜਿਹਦੇ ਤੋਂ ਵੀ ਮੈਂ ਮੰਗੀ ਹੈ, ਬੜੀ ਅੱਛੀ ਐਡਵਾਈਸ ਰਹੀ ਉਹ ਮੇਰੀ ਲਾਈਫ 'ਚ ਜੀ। ਤਾਂ ਪਹਿਲੀ ਜੋਬ ਮੇਰੀ ਜਿਵੇਂ ਬਾਬਾ ਫਰੀਦ ਲਾਅ ਕਾਲਜ ਤੋਂ ਰਹੀ ਹੈ, ਤਾਂ ਉੱਥੇ ਵੀ ਸਾਰੇ ਤਰੁਣ ਸਰ ਹੁੰਦੇ ਸੀ ਜਿਨ੍ਹਾਂ ਦਾ ਕਿ ਬਹੁਤ ਅੱਛਾ ਨਾਮ ਹੈ ਲਾਅ ਦੇ ਫੀਲਡ 'ਚ, ਤਾਂ ਉਹਨਾਂ ਨੇ ਮੈਨੂੰ ਕਾਫੀ ਗਾਈਡ ਕੀਤਾ ਉੱਥੇ। ਉਸ ਤੋਂ ਪਹਿਲੇ ਮੇਰੀ PhD ਜਦੋਂ ਮੈਂ ਕੰਪਲੀਟ ਕੀਤੀ ਹੈ, ਡਾਕਟਰ ਹਰਪਾਲ ਕੌਰ ਖਹਿਰਾ ਮੇਰੇ ਗਾਈਡ ਹੁੰਦੇ ਸੀ, ਉਹਨਾਂ ਨੇ ਮੈਨੂੰ ਅਕੈਡਮਿਕਸ ਦੇ ਨਾਲ ਨਾਲ ਮਤਲਬ ਇੱਕ ਲਾਈਫ ਮੈਰਿਟ ਲਾਈਫ ਨੂੰ ਕਿੱਦਾਂ ਸਕਸੈਸਫੁਲ ਕਰਨਾ, ਮਤਲਬ ਇਸ ਤੋਂ ਬਿਨਾਂ ਬਹੁਤ ਸਾਰੀਆਂ ਗਾਈਡੈਂਸ ਦਿੱਤੀਆਂ ਉਹਨਾਂ ਦਾ, ਮੇਰੀ ਲਾਈਫ 'ਚ ਕਾਫੀ ਅੱਛਾ ਰੋਲ ਲਿਆ ਉਹਨਾਂ ਨਾਲ। ਮੈਂ ਮਾਸਟਰ ਡਿਗਰੀ ਤੋਂ ਹੀ ਜੁੜੀ ਹੋਈ ਸੀ, ਤਾਂ ਉਹਨਾਂ ਨੇ ਮੈਨੂੰ ਹਰ ਜਗ੍ਹਾ 'ਤੇ ਬਹੁਤ ਗਾਈਡ ਕੀਤਾ, ਮੀਨਸ ਮੇਰੇ ਕਰੀਅਰ 'ਚ ਵੀ ਔਰ ਮੇਰੀ ਕਰੀਅਰ ਤੋਂ ਬਾਅਦ ਵਾਲੀਆਂ ਗੱਲਾਂ 'ਚ ਵੀ। ਤਾਂ ਫਿਰ ਮੈਂ ਉਸ ਤੋਂ ਬਾਅਦ ਲਿੰਕਨ ਲਾਅ ਕਾਲਜ 'ਚ ਗਈ, ਉੱਥੇ ਜੋਬ ਸਟਾਰਟ ਕੀਤੀ ਮੈਂ 2009 ਦੇ ਵਿੱਚ। ਤਾਂ 6-7 ਮੰਥ ਜਿਹੜੇ ਹੈ ਜੋਬ ਕਰਨ ਤੋਂ ਬਾਅਦ ਮੈਂ ਉੱਥੇ ਇੱਕ ਵਾਰੀ ਬੇਟੇ ਕਰਕੇ ਆਪਣੇ ਜੋਬ ਤੋਂ ਰਿਲੀਵਿੰਗ ਲੈ ਗਈ, ਬਟ ਉਹਨਾਂ ਨੇ ਫਿਰ ਮੈਨੂੰ ਜਦੋਂ ਮੇਰਾ ਬੇਟਾ 1 ਸਾਲ ਦਾ ਹੋ ਗਿਆ, ਮੈਨੂੰ ਫਿਰ ਕਾਲਜ 'ਚ ਖੁਦ ਬੁਲਾ ਕੇ ਲੈ ਕੇ ਗਏ, ਔਰ ਈਵਨ ਉੱਥੇ ਮੇਰੇ ਬੇਟੇ ਵਾਸਤੇ ਮੇਡ ਵੀ ਉਹਨਾਂ ਨੇ ਅਰੇਂਜ ਕਰਕੇ ਦਿੱਤੀ, ਤਾਂ ਮਤਲਬ ਮੈਨੇਜਮੈਂਟ ਵੀ ਇੰਨੀ ਕੋਆਪਰੇਟਿਵ ਸੀ ਉੱਥੇ। ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਉੱਥੇ ਮੈਂ ਆਪਦੇ ਲਾਈਫ ਦੇ 7 ਸਾਲ ਜੋਬ ਕੀਤੀ ਹੈ, ਤਾਂ ਮੇਰਾ ਬਹੁਤ ਅੱਛਾ ਟਾਈਮ ਪੀਰੀਅਡ ਜਿਹੜਾ ਹੈ ਲਿੰਕਨ ਲਾਅ ਕਾਲਜ ਦਾ ਰਿਹਾ। ਫਿਰ 2015 'ਚ ਮੈਂ ਉੱਥੇ ਐਜ ਏ ਆਫੀਸ਼ੀਏਟਿੰਗ ਪ੍ਰਿੰਸੀਪਲ ਦਾ ਚਾਰਜ ਲਿਆ ਜੀ। ਉਸ ਤੋਂ ਬਾਅਦ 2016 'ਚ ਮੇਰੇ ਹਸਬੈਂਡ ਸੈਂਟਰਲ ਯੂਨੀਵਰਸਿਟੀ 'ਚ ਆ ਗਏ, ਜਿਹਦੇ ਕਰਕੇ ਸਾਨੂੰ ਇੱਥੇ ਸ਼ਿਫਟ ਹੋਣਾ ਪਿਆ ਜੀ। ਫਿਰ ਇੱਥੇ ਆ ਕੇ ਮੈਂ ਬਠਿੰਡਾ ਕਾਲਜ ਆਫ ਲਾਅ ਜੁਆਇਨ ਕੀਤਾ, ਉੱਥੇ ਵੀ ਆਫਟਰ 6 ਮੰਥ ਮੇਰੇ ਕੋਲ ਆਫੀਸ਼ੀਏਟਿੰਗ ਪ੍ਰਿੰਸੀਪਲ ਦਾ ਚਾਰਜ ਸੀ। ਮੈਨੇਜਮੈਂਟ ਉੱਥੇ ਦੀ ਵੀ ਬਹੁਤ ਕੋਆਪਰੇਟਿਵ ਸੀ ਕਿ ਜੋ ਚੀਜ਼ ਕਹਿਣੀ ਉਹਨਾਂ ਨੇ ਉਸੇ ਟਾਈਮ ਉਹ ਚੀਜ਼ ਇੰਪਲੀਮੈਂਟ ਕਰ ਦੇਣੀ, ਤਾਂ ਮੈਨੂੰ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ। ਆਫਟਰ ਦੈਟ ਮੇਰਾ ਛੋਟਾ ਬੇਟਾ ਹੋਇਆ, ਫਿਰ ਮੈਂ ਥੋੜ੍ਹੀ ਦੇਰ ਜੋਬ ਤੋਂ ਰਿਲੀਵਿੰਗ ਲੈ ਕੇ ਲੈਕਚਰ ਬੇਸ ਦੇ ਉੱਪਰ ਰੀਜਨਲ ਸੈਂਟਰ ਜਿਹੜਾ ਜੁਆਇਨ ਕੀਤਾ। ਉੱਥੇ ਮੇਰਾ ਸਿਰਫ ਲੈਕਚਰ ਸਿਸਟਮ ਸੀ ਕਿ ਲੈਕਚਰ ਲਗਾਇਆ ਅਤੇ ਘਰ ਆ ਗਿਆ, ਨਾਲ ਨਾਲ ਮੇਰਾ ਬੇਟੇ ਦੀ ਅਪਬ੍ਰਿੰਗਿੰਗ ਹੋ ਰਹੀ ਸੀ, ਨਾਲ ਮੈਂ ਆਪਣਾ ਕਰੀਅਰ ਜਿਹੜਾ ਉਹ ਕੰਟੀਨਿਊ ਕਰ ਪਾ ਰਹੀ ਸੀ। ਫਿਰ 2022 'ਚ ਮੈਂ ਗੁਰੂ ਕਾਸ਼ੀ ਯੂਨੀਵਰਸਿਟੀ ਜੁਆਇਨ ਕੀਤੀ, ਜਿੱਥੇ ਮੇਰਾ ਟੋਟਲੀ ਕਰੀਅਰ ਚੇਂਜ, ਕਿਉਂਕਿ ਉਸ ਤੋਂ ਪਹਿਲੇ ਮੇਰੀ ਜਿਹੜੀ ਜੋਬ ਸੀ ਉਹ ਸਾਰੀ ਕਾਲਜਿਸ ਦੀ ਜੋਬ ਸੀ। ਇੱਥੇ ਮੈਨੂੰ ਡਿਫੀਕਲਟੀਜ਼ ਵੀ ਆਈਆਂ, ਕੁਛ ਡਿਫੀਕਲਟੀਜ਼ ਇਹ ਸੀ ਕਿ ਮੇਰੀ ਫਸਟ ਜੋਬ ਸੀ ਜਿਹੜੀ 9 to 5 ਸੀ ਜੀ, ਕਿਉਂਕਿ ਉਸ ਤੋਂ ਪਹਿਲੇ 9 to 3 ਬੜੀ ਰਿਲੈਕਸ ਜੀ ਜੋਬ ਸੀ, ਅਤੇ ਕੰਮ ਵੀ ਯੂਨੀਵਰਸਿਟੀ ਦਾ ਬਿਲਕੁਲ ਡਿਫਰੈਂਟ ਇੱਥੇ ਸਾਰਾ। ਪਰ ਜਦ ਥੋੜ੍ਹਾ 2-3 ਮੰਥਸ ਪ੍ਰੋਬਲਮ ਆਈ, ਟਰੈਵਲਿੰਗ ਦੀ ਪ੍ਰੋਬਲਮ ਆਈ, ਕਿਉਂਕਿ ਫਸਟ ਜੋਬ ਹੀ ਹੈ ਉਹ ਜਿਸੀ ਜਿੱਥੇ ਵਾਨਾਰ ਦਾ ਡਿਸਟੈਂਸ ਹੈ ਜੀ। ਪਰ ਇੱਥੋਂ ਵੀ ਬਾਬਾ ਮੈਡਮ ਨੇ ਵੀ, ਵਾਈਸ ਚਾਂਸਲਰ ਜਿਹੜੇ ਸੀ ਸਾਡੇ, ਚਾਂਸਲਰ ਸਰ ਨੇ, MD ਸਰ ਨੇ ਬਹੁਤ ਕੋਆਪਰੇਟ ਕੀਤਾ, ਔਰ ਵਿਦਇਨ 6 ਮੰਥ ਅਗੇਨ ਮੇਰੇ ਕੋਲ ਉਹ ਹੀ ਡੀਨਸ਼ਿਪ ਦਾ ਚਾਰਜ ਆ ਗਿਆ, ਜਿਹੜਾ ਕਿ ਮੇਰੇ ਵਾਸਤੇ ਇੱਕ ਖੁਸ਼ੀ ਦੀ ਤਾਂ ਗੱਲ ਸੀ, ਬਟ ਬੜੀ ਹਾਰਡਸ਼ਿਪ ਸੀ ਉਹ ਮੇਰੇ ਵਾਸਤੇ ਚੀਜ਼, ਕਿਉਂਕਿ ਇੱਕਦਮ ਤੁਸੀਂ ਕਾਲਜ ਤੋਂ ਯੂਨੀਵਰਸਿਟੀ 'ਚ ਆ ਕੇ ਪੂਰੇ ਕਾਲਜ ਨੂੰ ਸੰਭਾਲਣਾ, ਪੂਰੀ ਫੈਕਲਟੀ ਨੂੰ ਸੰਭਾਲਣਾ, ਇਟਸ ਨੋਟ ਈਜ਼ੀ ਟਾਸਕ ਜੀ। ਤਾਂ ਫਸਟ 2-3 ਮੰਥਸ ਮੈਂ ਬੜਾ ਮਤਲਬ ਪ੍ਰੈਸ਼ਰਾਈਜ਼ ਵੀ ਹੋਈ, ਬੜੀਆਂ ਚੀਜ਼ਾਂ ਨੂੰ ਮੈਂ ਕੋਪ ਅਪ ਵੀ ਕੀਤਾ, ਬਟ ਮੇਰੇ 'ਤੇ ਇੱਕ ਬਹੁਤ ਵੱਡੀ ਰਿਸਪੋਂਸੀਬਿਲਟੀ ਸੀ ਕਿ ਚਾਂਸਲਰ ਸਰ ਨੇ, ਵਾਈਸ ਚਾਂਸਲਰ ਮੈਮ ਨੇ ਮੈਨੂੰ ਇੱਕ ਰਿਸਪੋਂਸੀਬਿਲਟੀ ਦਿੱਤੀ ਹੈ ਜਿਹੜੀ ਕਿ ਮੈਂ ਬੜੀ ਓਨੈਸਟਲੀ ਬੜੀ ਡੈਡੀਕੇਸ਼ਨ ਦੇ ਨਾਲ ਕਰਨੀ ਸੀ, ਉਹ ਮੇਰੇ ਵਾਸਤੇ ਇੱਕ ਬਹੁਤ ਵੱਡਾ ਚੈਲੇਂਜ ਸੀ। ਇਹ ਸਾਰੀ ਜਰਨੀ ਦੇ ਵਿੱਚ ਮੇਰੇ ਇਹ ਕਿਉਂ ਕੰਪਲੀਟ ਹੋ ਪਾਈ, ਕਿਉਂਕਿ ਮੇਰੇ ਹਸਬੈਂਡ ਬਹੁਤ ਕੋਆਪਰੇਟਿਵ ਸੀ, ਇਹ ਬਹੁਤ ਜ਼ਰੂਰੀ ਹੁੰਦਾ ਹੈ।
ਹਾਂਜੀ ਮੇਰੇ ਹਸਬੈਂਡ ਮੇਰੀ ਫੈਮਿਲੀ ਬਹੁਤ ਕੋਆਪਰੇਟਿਵ ਹੈ, ਜਿਵੇਂ ਮੈਂ ਪੈਂਪਰਡ ਦੀ ਗੱਲ ਕਰ ਰਹੀ ਸੀ, ਹਰ ਜਗ੍ਹਾ 'ਤੇ ਬੜਾ ਪੈਂਪਰਡ ਜਾ ਰਹੀ ਅਤੇ ਈਵਨ ਇਨ ਲੋਜ਼ ਫੈਮਿਲੀ ਵੀ ਲੱਕੀਲੀ ਮੈਨੂੰ ਐਵੇਂ ਦੀ ਮਿਲਦੀ ਕਿ ਮੇਰੇ ਹਸਬੈਂਡ ਇਕੱਲੇ ਹੀ ਹੈ, ਨਾਲ ਉਹਨਾਂ ਦੀ ਇੱਕ ਸਿਸਟਰ ਹੈ ਜਿਹੜੀ ਕਿ ਮੈਰਿਡ ਹੈ, ਤਾਂ ਇੱਥੇ ਵੀ ਇਕੱਲੇ ਇਕੱਲੇ ਹੋਣ ਕਰਕੇ ਬਹੁਤ ਪੈਂਪਰਡ ਰੱਖਿਆ ਜੀ। ਤਾਂ ਯੂਨੀਵਰਸਿਟੀ ਦੇ ਜਾ ਕੇ ਇੱਕ ਵਾਰੀ ਹਾਰਡ ਥੋੜ੍ਹਾ ਜਿਹਾ ਹਾਰਡ ਤਾਂ ਲੱਗਿਆ ਕਿ ਟਾਈਮ ਜ਼ਿਆਦਾ ਹੋ ਗਿਆ, ਬੱਚਿਆਂ ਨੂੰ ਟਾਈਮ ਘੱਟ ਦੇ ਪਾ ਰਹੀ ਹਾਂ, ਬਟ ਜਿੰਨਾ ਕੰਮ ਮੈਂ ਇੱਥੇ 2-3 ਈਅਰਸ 'ਚ ਆ ਕੇ ਸਿੱਖਿਆ, ਇਹ ਸ਼ਾਇਦ ਮੈਂ ਪਿਛਲੇ 12 ਸਾਲ 'ਚ ਕੰਮ ਆਪਣੀ ਜਰਨੀ 'ਚ ਨਹੀਂ ਸਿੱਖਿਆ ਜੀ। ਮਤਲਬ ਜਿਹਦੇ ਕਰਕੇ ਕਿ ਮੈਂ ਇਸ ਕੰਮ ਨੂੰ ਜਦੋਂ ਕਰਦੀ ਹਾਂ ਮੈਂ ਇੰਜੋਏ ਵੀ ਬਹੁਤ ਕਰਦੀ ਹਾਂ ਇਸ ਕੰਮ ਨੂੰ ਕਰਦੇ ਹੋਏ, ਤਾਂ ਮੈਨੂੰ ਆਪਣਾ ਇੱਕ ਪ੍ਰਾਊਡ ਫੀਲਿੰਗ ਨਹੀਂ ਆਉਂਦੀ ਕਿ ਮੈਂ ਬਹੁਤ ਕੁਛ ਇੱਥੇ ਆ ਕੇ ਸਿੱਖ ਲਈ, ਔਰ ਕਦੀ ਵੀ ਲਰਨਿੰਗ ਖਤਮ ਹੁੰਦੀ ਨਹੀਂ ਹੈ। ਬਿਲਕੁਲ, ਤਾਂ ਇੱਥੇ ਸਿੱਖਦੇ ਸਿੱਖਦੇ ਬਹੁਤ ਕੁਛ ਸਿੱਖਣਾ ਵੀ ਚਾਹੁੰਦੀ ਹਾਂ ਮੈਂ, ਔਰ ਇਸ ਚੀਜ਼ 'ਤੇ ਮੈਂ ਵਾਈਸ ਚਾਂਸਲਰ ਮੈਮ ਦਾ ਚਾਂਸਲਰ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਕਦਮ ਆ ਕੇ ਰਿਸਪੋਂਸੀਬਿਲਟੀ ਦਿੱਤੀ, ਮੇਰੇ 'ਤੇ ਇੱਕ ਆਪਣਾ ਵਿਸ਼ਵਾਸ ਜਿਹੜਾ ਹੈ ਉਹ ਰੱਖਿਆ ਕਿ ਮੈਂ ਇਸ ਚੀਜ਼ ਨੂੰ ਕਰ ਪਾਵਾਂਗੀ, ਔਰ ਹੋਪਫੁਲੀ ਮੈਂ ਕਰ ਵੀ ਪਾ ਰਹੀ ਹਾਂ, ਔਰ ਅੱਗੇ ਵੀ ਇਸ ਤੋਂ ਕੁਛ ਅੱਛਾ ਹੀ ਕਰੂੰਗੀ ਲੋਅ ਕਾਲਜ ਵਾਸਤੇ ਜੀ। ਸੋ ਸਿੱਖਣ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਲਰਨਿੰਗ ਜਿਹੜੀ ਹੈਗੀ ਹੈ ਨਾ ਫੁੱਲ ਲਾਈਫ ਦਾ ਪ੍ਰੋਸੈਸ ਹੁੰਦਾ ਹੈਗਾ, ਜਿਵੇਂ ਅਸੀਂ ਸਾਈਕੋਲੋਜੀ ਦੇ ਵਿੱਚ ਵੀ ਪੜ੍ਹਦੇ ਹਾਂ, ਸੋ ਸਿੱਖਣ ਦੀ ਚਾਹ ਹੋਵੇ ਤਾਂ ਅਸੀਂ ਬਹੁਤ ਕੁਛ ਸਿੱਖ ਸਕਦੇ ਹਾਂ, ਅਤੇ ਉਹਦੇ ਲਈ ਜਿਵੇਂ ਕਹਿੰਦੇ ਹੁੰਦੇ ਘਰ ਤੋਂ ਬਾਹਰ ਪੈਰ ਤਾਂ ਰੱਖਣਾ ਹੀ ਪੈਂਦਾ, ਫਿਰ ਹੀ ਸਾਨੂੰ ਜਿਹੜਾ ਦੁਨੀਆਦਾਰੀ ਦਾ ਪਤਾ ਲੱਗਦਾ। ਸੋ ਮੈਂ ਇੱਕ ਹੋਰ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀਗਾ, ਜਿਵੇਂ ਲੋਅ ਦੀ ਫੀਲਡ ਨੂੰ ਤੁਸੀਂ ਚੁਣਿਆ, ਇਹ ਤੁਸੀਂ ਆਪਦੇ ਸਕੂਲ ਟਾਈਮ ਤੋਂ ਹੀ ਡਿਸਾਈਡ ਕੀਤਾ ਸੀ ਜਾਂ ਅੱਗੇ ਜਾ ਕੇ ਥੋੜ੍ਹਾ ਜਿਹਾ ਤੁਸੀਂ ਇੱਕ ਟਵਿਸਟ ਲਿਆ ਇਹਦੇ ਵਿੱਚ ਵੀ, ਨਹੀਂ ਮੈਂ ਇਸ ਲਾਈਨ ਤੋਂ ਹਟ ਕੇ ਇਸ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਹਾਂ? 8th 'ਚ ਫਸਟ ਟਾਈਮ ਮੇਰੇ ਮਨ 'ਚ ਆਇਆ ਸੀ ਕਿ ਮੈਂ ਲੋਅ ਕਰਨਾ ਚਾਹੁੰਦੀ ਹਾਂ, ਕਿਉਂਕਿ ਮੇਰੇ ਘਰ ਦੇ ਜਿਹੜੇ ਸਾਰੇ ਆ ਉਹ ਮੈਡੀਕਲ ਲਾਈਨ 'ਚ ਹੈ ਜੀ, ਮੇਰੇ ਬ੍ਰਦਰ ਦਾ ਕੈਮਿਸਟ ਸ਼ੋਪ ਹੈ, ਮੇਰੇ ਅੱਗੇ ਸਿਸਟਰ ਔਰ ਜੀ ਆਈ ਜਿਹੜੇ ਆ ਉਹ ਸਾਰੇ ਮੈਡੀਕਲ ਲਾਈਨ 'ਚ ਹੈ, ਤਾਂ ਮੈਂ ਮੈਡੀਕਲ ਲਾਈਨ 'ਚ ਨਹੀਂ ਜਾਣਾ ਚਾਹੁੰਦੀ ਸੀ। ਇੱਕ ਮੈਡੀਸਨ ਦੇਖ ਦੇਖ ਕੇ ਬੰਦਾ ਉਹ ਹੋ ਜਾਂਦਾ ਕਿ ਨਹੀਂ ਇਹ ਲਾਈਨ ਨਹੀਂ ਚੂਜ਼ ਕਰਨੀ, ਤਾਂ ਸੈਕਿੰਡ ਮੇਰੀ ਆਪਸ਼ਨ ਇਹ ਸੀ ਕਿ ਮੈਂ ਲੋਅ ਕਰਨੀ ਹੈ, ਬਟ 10th ਤੋਂ ਬਾਅਦ ਇੱਕ ਵਾਰੀ ਆਰਟਸ ਵਾਸਤੇ ਘਰ ਦੇ ਰੈਡੀ ਨਹੀਂ ਸੀ ਵੀ ਆਰਟਸ ਲੈ ਕੇ ਦੇਣਾ, ਕਿਉਂਕਿ ਉਹਨਾਂ ਨੂੰ ਸੀ ਕਿ ਨਹੀਂ ਕੁਛ ਹੋਰ ਕਰਨਾ ਜਿਹਦੇ ਨਾਲ ਕਿ ਕਰੀਅਰ ਸੈੱਟ ਕਰ ਪਾਏ, ਦੈਨ ਆਈ ਚੂਜ਼ ਕਮਰਸ ਜੀ। ਫਿਰ ਮੈਂ +1-2 ਹਿਊਮੈਨਿਟੀਜ਼ 'ਚ ਕਰਕੇ ਉਸ ਤੋਂ ਬਾਅਦ ਲੋਅ ਕਰਨੀ ਚਾਹੀਦੀ, ਬਟ ਉਸ ਟਾਈਮ 'ਤੇ ਲੋਅ ਜਿਹੜਾ ਕੁੜੀਆਂ ਨੂੰ ਨਹੀਂ ਇੰਨੀ ਕਰਵਾਈ ਜਾਂਦੀ ਜੀ, ਤਾਂ ਫਿਰ ਦੋਨੋਂ ਬ੍ਰਦਰ ਮੇਰੇ ਵੱਡੇ ਆ, ਤਾਂ ਉਹਨਾਂ ਨੇ ਕਿਹਾ ਨਹੀਂ ਲੋਅ ਕਰਨ ਬਾਅਦ ਨਹੀਂ ਭੇਜਣਾ, ਪਰ ਫਾਦਰ ਮੇਰੇ ਦੇ ਕਿਤੇ ਨਾ ਕਿਤੇ ਮਨ 'ਚ ਇਹ ਚੀਜ਼ ਸੀ ਕਿ ਜੋ ਇਹ ਕਰਨਾ ਚਾਹੁੰਦੀ ਹੈ ਮੈਂ ਉਹੀ ਕਰਵਾਉਣੀ ਹੈ, ਬਟ ਇੱਕ ਵਾਰੀ ਇਨ ਬਿਟਵੀਨ ਇਹ ਡਿਸੀਜ਼ਨ ਹੋਇਆ ਕਿ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਤੋਂ ਬਾਅਦ ਦੇਖਾਂਗੇ ਜੇ ਲੋਅ ਕਰਨੀ। ਫਿਰ ਮੈਂ ਬੀਕੌਮ ਕੀਤੀ, ਬੀਕੌਮ ਤੋਂ ਬਾਅਦ ਫਿਰ ਵੀ ਕਿਤੇ ਨਾ ਕਿਤੇ ਮਨ 'ਚ ਸੀ ਕਿ ਹਾਂ ਨਹੀਂ ਲੋਅ ਕਰਨੀ ਹੈ, ਫਿਰ ਮੈਂ ਆਪਣੇ ਫਾਦਰ ਨਾਲ ਗੱਲ ਕੀਤੀ ਕਿ ਮੈਂ ਲੋਅ ਕਰਨਾ ਚਾਹੁੰਦੀ ਹਾਂ, ਦੈਨ ਮੀ ਐਂਡ ਮੇਰੇ ਫਾਦਰ ਨੇ ਅਸੀਂ ਇਹ ਡਿਸੀਜ਼ਨ ਲਿਆ, ਬਾਕੀ ਸਾਰੇ ਸਾਡੇ ਘਰ ਦੇ ਬਿਲਕੁਲ ਓਪੋਜ਼ਿਟ ਸੀ, ਕਿਉਂਕਿ ਉਸ ਟਾਈਮ 'ਤੇ ਟ੍ਰੈਂਡ ਸੀ BA ਕਰ ਲਓ, BEd ਕਰ ਲਓ, ਟੀਚਰ ਬਣ ਜਾਓ, ਜਿਹੜੀ ਕਿ ਮੈਂ ਬਣਨਾ ਨਹੀਂ ਚਾਹੁੰਦੀ ਸੀ ਟੀਚਰ, ਮੈਨੂੰ ਸੀ ਕਿ ਲੋਅ ਕਰਕੇ ਮੈਂ ਕੋਰਟ 'ਚ ਪ੍ਰੈਕਟਿਸ ਕਰੂੰਗੀ ਜੀ। ਤਾਂ ਫਿਰ ਫਾਦਰ 'ਤੇ ਮੈਂ ਇਹ ਡਿਸਾਈਡ ਕੀਤਾ ਕਿ ਲੋਅ ਕਰਨੇ, ਫਿਰ ਐਂਟਰੈਂਸ ਦਿੱਤੇ ਪੰਜਾਬੀ ਯੂਨੀਵਰਸਿਟੀ ਦਾ ਵੀ, ਪੰਜਾਬ ਦਾ ਵੀ, GNDU ਦਾ ਵੀ, ਔਰ ਲੱਕੀਲੀ ਮੇਰੇ ਤਿੰਨੋਂ ਹੀ ਐਂਟਰੈਂਸ ਕਲੀਅਰ ਸੀ ਜੀ, ਬਟ ਬਾਕੀ ਪਲੇਸਿਸ 'ਤੇ ਮੈਨੂੰ ਈਵਨਿੰਗ 'ਚ ਮਿਲ ਰਹੀ ਸੀ ਐਡਮਿਸ਼ਨ, ਤਾਂ ਫਿਰ ਫਾਦਰ ਨੇ ਕਿਹਾ ਨਹੀਂ ਕਿ ਮੋਰਨਿੰਗ ਵਾਲੀ ਐਡਮਿਸ਼ਨ ਤੁਸੀਂ ਲਓ ਵੀ ਗਰਲਜ਼ ਦੀ ਸਿਕਿਉਰਿਟੀ ਵਾਸਤੇ ਲਓਗੇ, ਫਿਰ ਅਸੀਂ ਪੰਜਾਬੀ ਯੂਨੀਵਰਸਿਟੀ ਜਿਹੜੀ ਉਹ ਚੂਜ਼ ਕੀਤੀ, ਤਾਂ ਫਿਰ ਇਸ ਤਰ੍ਹਾਂ ਮੈਂ ਲੋਅ ਦੇ ਫੀਲਡ 'ਚ ਆ ਗਈ। ਫਿਰ ਜਿਵੇਂ ਟੀਚਿੰਗ ਨਾਲ ਹੁਣ ਵੀ ਜੇ ਜੋੜ ਕੇ ਦੇਖਿਆ ਜਾਵੇ ਲੋਅ ਦੀ ਫੀਲਡ ਦੇ ਵਿੱਚ ਵੀ ਟੀਚਿੰਗ ਲਾਈਨ ਤਾਂ ਹੈਗੀ ਹੈ, ਜਿਵੇਂ ਤੁਸੀਂ ਹੁਣ ਐਜ਼ ਅ ਡੀਨ ਕੰਮ ਕਰ ਰਹੇ ਹੋ ਫੈਕਲਟੀ ਆਫ ਲੋਅ, ਫਿਰ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਦਾ ਜਿਹੜਾ ਤੁਹਾਡਾ ਇੱਕ ਸੁਪਨਾ ਸੀਗਾ, ਜਿਹੜਾ ਤੁਹਾਡੀ ਰੀਚ ਸੀਗੀ, ਉਹ ਤੁਸੀਂ ਕਦੇ ਪੂਰੀ ਕੀਤੀ? ਹਾਂਜੀ, ਮੈਂ 4 ਮੰਥਸ ਜਿਹੜੀ ਹੈ ਉਹ ਪ੍ਰੈਕਟਿਸ ਕੀਤੀ ਹੈ, ਬਟ ਉਸ ਤੋਂ ਬਾਅਦ ਫਿਰ ਮੈਨੂੰ ਖੁਦ ਨੂੰ ਲੱਗਿਆ ਕਿ ਮੈਨੂੰ ਹਾਇਰ ਸਟੱਡੀ ਵਾਸਤੇ ਜਾਣਾ ਚਾਹੀਦਾ, ਫਿਰ ਮੈਂ ਮਾਸਟਰਸ ਕੀਤੀ,
ਮਾਸਟਰਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ, ਹਸਬੈਂਡ ਮੇਰੇ ਟੀਚਿੰਗ ਲਾਈਨ 'ਚ, ਜਿਵੇਂ ਮੈਂ ਦੱਸਿਆ ਕਿ ਹੁਣ ਸੈਂਟਰਲ ਯੂਨੀਵਰਸਿਟੀ 'ਚ ਹੋਈ, ਤਾਂ ਜਦੋਂ ਇੱਕ ਜਣਾ ਟੀਚਿੰਗ ਲਾਈਨ 'ਚ ਹੋਵੇ ਨਾ, ਉਹਦਾ ਕਿਤੇ ਨਾ ਕਿਤੇ ਇਨਫਲੂਐਂਸ ਇੱਦਾਂ ਦਾ ਹੁੰਦਾ ਵੀ ਤੁਸੀਂ ਵੀ ਟੀਚਿੰਗ ਲਾਈਨ 'ਚ ਆ ਜਾਓ, ਜੋਬ ਜਿਹੜੀ ਲਾਈਫ ਆ ਬੜੀ ਈਜ਼ੀ ਚੱਲੇਗੀ ਜੀ। ਤਾਂ ਫਿਰ ਉਹਨਾਂ ਨੇ ਕਿਹਾ ਤਾਂ ਮੈਂ PhD ਆਪਣੀ ਸਟਾਰਟ ਕਰ ਲਈ, ਫਿਰ ਸਾਰੀਆਂ ਐਲੀਜੀਬਿਲਿਟੀਜ਼ ਪੂਰੀਆਂ ਸੀ, ਤਾਂ ਜਿੱਥੇ ਅਸੀਂ ਰਹਿ ਰਹੇ ਸੀ ਵਿਦਇਨ 2 ਕਿਲੋਮੀਟਰ ਕਾਲਜ ਸੀ, ਲਿੰਕਨ ਲਾਅ ਕਾਲਜ ਜਿਵੇਂ ਮੈਂ ਦੱਸਿਆ, ਤਾਂ ਮੈਂ ਉੱਥੇ ਜੋਬ ਜੁਆਇਨ ਕਰ ਲਈ। ਜਦੋਂ ਇੱਕ ਵਾਰ ਟੀਚਿੰਗ ਮੈਂ ਸ਼ੁਰੂ ਕੀਤੀ ਨਾ, ਤਾਂ ਵਿਦਇਨ 1 ਈਅਰ ਔਰ 2 ਈਅਰ ਮੇਰਾ ਟੀਚਿੰਗ ਦੇ ਵਿੱਚ ਇੰਟਰਸਟ ਡਿਵੈਲਪ ਹੋ ਗਿਆ ਜੀ। ਮੈਨੂੰ ਬੱਚਿਆਂ ਨਾਲ ਇੰਟਰੈਕਟ ਕਰਨਾ ਅੱਛਾ ਲੱਗਦਾ ਸੀ, ਉਹਨਾਂ ਨੂੰ ਪੜ੍ਹਾਉਣਾ ਅੱਛਾ ਲੱਗਦਾ ਸੀ, ਦੈਨ ਮੈਂ ਉਹ ਚੀਜ਼ ਛੱਡਤੀ ਕਿ ਨਹੀਂ ਮੈਂ ਪ੍ਰੈਕਟਿਸ ਨਹੀਂ ਕਰਨੀ। ਵੈਸੇ ਵੀ ਇੱਕ ਜਿਹੜੀ ਬਣਾਇਆ ਜਾਂਦਾ ਹੈ ਨਾ ਵੀ ਟੀਚਰ ਦੀ ਜੋਬ ਬਹੁਤ ਈਜ਼ੀ ਆ, ਹਾਲਾਂਕਿ ਇਹੋ ਜਿਹਾ ਕੁਛ ਵੀ ਨਹੀਂ ਹੁੰਦਾ, ਟੀਚਰ ਦੀ ਜੋਬ ਬਿਲਕੁਲ ਵੀ ਈਜ਼ੀ ਨਹੀਂ ਹੁੰਦੀ, ਪਰ ਫਿਰ ਵੀ ਜਿਹੜੀ ਇੱਕ ਧਾਰਨਾ 'ਚ ਬਣੀ ਹੋਈ ਹੈ ਨਾ ਵੀ BEd ਕਰ ਲਓ, MEd ਕਰ ਲਓ ਅਤੇ ਟੀਚਰ ਬਣ ਜਾਓ, ਜੋਬ ਹੈ ਜਿਹੜੀ ਈਜ਼ੀ ਹੈ ਅਤੇ ਲਾਈਫ ਜਿਹੜੀ ਸੈੱਟ ਹੋ ਜਾਂਦੀ ਹੈ, ਪਰ ਸਟਰਗਲ ਮੈਨੂੰ ਲੱਗਦਾ ਹਰੇਕ ਫੀਲਡ ਦੇ ਵਿੱਚ ਉਹਨਾਂ ਹੀ ਕਰਨਾ ਪੈਂਦਾ ਜੀ। ਮੈਂ PhD ਜਿਹੜੀ ਸੀ ਡਿਊਰਿੰਗ ਮੇਰੇ ਫਸਟ ਬੇਟੇ ਦੇ ਜਿਹੜੀ ਹੈ ਕੰਪਲੀਟ ਕੀਤੀ ਹੈ, ਉਹ ਵੀ ਇੱਕ ਬੜਾ ਵੱਡਾ ਟਾਸਕ ਸੀ ਕੰਪਲੀਟ ਕਰਨਾ, ਨਾਲ ਨਾਲ ਬੇਟੇ ਦੀ ਅਪਬ੍ਰਿੰਗਿੰਗ ਕਰਨਾ, ਨਾਲ PhD ਕਰਨਾ, ਨਾਲ ਜੋਬ ਕਰਨਾ, ਨਾਲ ਘਰ ਸੰਭਾਲਣਾ, ਬਟ ਮੈਂ ਹਰ ਫੇਸ ਨੂੰ ਬੜਾ ਇੰਜੋਏ ਕੀਤਾ। ਮਤਲਬ ਮੈਂ ਥੋੜ੍ਹਾ ਜਿਹਾ ਜਿਵੇਂ ਰਿਲੀਜੀਅਸ ਪਰਸਨ ਅਸੀਂ ਕਹਿ ਸਕਦੇ ਹਾਂ ਜੀ, ਵੀ ਮੈਨੂੰ ਐਵੇਂ ਲੱਗਦਾ ਹੁੰਦਾ ਵੀ ਜੋ ਇੱਕ ਪਰਮਾਤਮਾ ਨੇ ਸਾਨੂੰ ਚੀਜ਼ ਕਰਨ ਵਾਸਤੇ ਦਿੱਤੀ ਨਾ, ਉਹ ਸਾਡੀ ਡਿਊਟੀ ਹੈ ਕਰਨ ਨੂੰ, ਤੇ ਰੋ ਕੇ ਨਹੀਂ ਕੋਈ ਚੀਜ਼ ਕਰਨੀ, ਜਿਹੜੀ ਚੀਜ਼ ਕਰਨੀ ਉਹ ਹੱਸ ਕੇ ਕਰਨੀ। ਦੇਖੋ ਕੰਮ ਤਾਂ ਜਿਹੜਾ ਸਾਨੂੰ ਔਖਾ ਲੱਗਦਾ ਉਹ ਵੀ ਸਾਨੂੰ ਕਰਨਾ ਪੈਣਾ, ਚਾਹੇ ਅਸੀਂ ਉਹ ਦੁਖੀ ਹੋ ਕੇ ਕਰ ਲਈਏ। ਮੈਨੂੰ ਇਹ ਲੱਗਦਾ ਜੇ ਅਸੀਂ ਦੁਖੀ ਹੋ ਕੇ ਕਰਾਂਗੇ ਨਾ, ਜੇ ਅਸੀਂ ਰੋ ਪਿੱਟ ਕੇ ਕੰਮ ਕਰਾਂਗੇ ਤਾਂ ਉਹ ਹੋਰ ਲੰਬਾ ਹੋ ਜਾਂਦਾ। ਦੁੱਖ ਦੇ ਸਮੇਂ ਦੇ ਵਿੱਚ ਵੀ ਆਪਾਂ ਇਹ ਕਹਿੰਦੇ ਵੀ ਜਿਹੜਾ ਸੌਖੀ ਘੜੀ ਉਹ ਤਾਂ ਬਹੁਤ ਛੇਤੀ ਨਿਕਲ ਜਾਂਦੀ ਹੈ, ਜਦੋਂ ਕੋਈ ਦੁੱਖ ਦਾ ਸਮਾਂ ਆਉਂਦਾ ਤੇ ਉਹ ਬਹੁਤ ਹੌਲੀ ਬੀਤਦਾ। ਸੋ ਇਸੇ ਕਰਕੇ ਮੈਨੂੰ ਲੱਗਦਾ ਵੀ ਕੰਮ ਹਰੇਕ ਨੂੰ ਇੰਜੋਏ ਕਰੋ, ਤੇ ਇੰਜੋਏ ਕਰਦੇ ਹੋਏ ਜਦੋਂ ਤੁਸੀਂ ਕੰਮ ਕਰਦੇ ਹੋ ਤੇ ਸਾਰੀ ਸਕਸੈਸ ਹੈ ਜਿਹੜੀ ਤੁਹਾਨੂੰ ਮਿਲ ਜਾਂਦੀ ਹੈ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੋਰ ਕੋਈ ਦਿਲ ਦੀ ਗੱਲ ਸਾਡੇ ਵਿਦਿਆਰਥੀਆਂ ਦੇ ਨਾਲ ਜਾਂ ਤੁਹਾਡੇ ਵਿਦਿਆਰਥੀ ਵੀ ਤੁਹਾਨੂੰ ਸੁਣ ਰਹੇ ਆ ਜਿਹੜੇ, ਉਹਨਾਂ ਦੇ ਨਾਲ ਕੋਈ ਸਾਂਝੀ ਕਰਨੀ ਹੋਵੇ? ਇਹੀ ਕਹਿਣਾ ਚਾਹਾਂਗੀ ਮੈਮ ਕਿ ਜਦੋਂ ਅਸੀਂ ਕੋਈ ਚੀਜ਼ ਲਾਈਫ 'ਚ ਕਰਦੇ ਹਾਂ ਨਾ, ਅਗਰ ਅਸੀਂ ਉਹਨੂੰ ਓਨੈਸਟੀ ਨਾਲ, ਡੈਡੀਕੇਸ਼ਨ ਨਾਲ ਅਤੇ ਵਿਦਆਊਟ ਰੋਂਗ ਇੰਟੈਂਸ਼ਨ ਕਰਦੇ ਹਾਂ ਨਾ, ਤਾਂ ਸਕਸੈਸ ਤੁਹਾਨੂੰ ਮਿਲਦੀ ਨਹੀਂ ਹੁੰਦੀ ਹੈ। ਉਹ ਕਹਿੰਦੇ ਨੇ ਇੱਕ ਨੀਅਤਾਂ ਨੂੰ ਭਾਗ ਲੱਗਦੇ ਆ, ਤਾਂ ਅਗਰ ਤੁਹਾਡੀ ਨੀਅਤ ਇੰਟੈਂਸ਼ਨ ਸਾਫ਼ ਹੈ ਤਾਂ ਹਰ ਚੀਜ਼ ਸਫਲਤਾ ਤੁਹਾਡੇ ਕਦਮਾਂ 'ਚ ਹੈ ਹੀ ਹੈ। ਮਤਲਬ ਸਟਾਰਟਿੰਗ ਤੋਂ ਜਿਵੇਂ ਘਰ 'ਚ ਇੰਟਰੋਵਰਟ ਹੀ ਰਹੀ ਹਾਂ, ਬਹੁਤ ਜ਼ਿਆਦਾ ਮੇਰਾ ਫਰੈਂਡ ਸਰਕਲ ਨਹੀਂ ਹੈ, ਬਟ ਜਿੰਨਾ ਵੀ ਸਰਕਲ ਹੈਗਾ ਉਹ ਕਹਿ ਸਕਦੇ ਆ ਕਿ 100% ਮੇਰਾ ਜੀ। ਤਾਂ ਮੈਂ ਜਿਹੜੀਆਂ ਨੈਗੇਟਿਵ ਚੀਜ਼ਾਂ ਹੁੰਦੀਆਂ ਨੇ ਉਹਨੂੰ ਨਹੀਂ ਦੇਖਦੀ, ਅਗਰ ਕਿਸੇ 'ਚ ਮੈਨੂੰ ਕੋਈ ਚੀਜ਼ ਅੱਛੀ ਨਹੀਂ ਲੱਗਦੀ ਤਾਂ ਮੈਂ ਉਸ ਚੀਜ਼ ਨੂੰ ਅਵੋਇਡ ਕਰਕੇ ਜੋ ਉਹਦੀਆਂ ਪੋਜ਼ਿਟਿਵ ਚੀਜ਼ ਹੈ ਉਹ ਉਹਨਾਂ ਨਾਲ ਕੰਪਰੋਮਾਈਜ਼ ਕਰਦੀ ਹੈ। ਤਾਂ ਹਰ ਰਿਸ਼ਤੇ 'ਚ ਕੋਈ ਨਾ ਕੋਈ ਪੋਜ਼ਿਟਿਵ, ਕੋਈ ਨਾ ਕੋਈ ਨੈਗੇਟਿਵ ਚੀਜ਼ ਹੁੰਦੀ ਹੈ, ਤਾਂ ਸਾਨੂੰ ਨੈਗੇਟਿਵ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਅਤੇ ਆਪਣੀ ਇੰਟੈਂਸ਼ਨ ਨੂੰ ਸਾਫ਼ ਰੱਖਣਾ ਚਾਹੀਦਾ ਹੈ ਬਸ। ਸੋ ਸਰਜੋ, ਅੱਜ ਤੁਹਾਡੇ ਨਾਲ ਜਿਹੜਾ ਨੋ ਯੂਅਰ ਟੀਚਰ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ, ਡਾਕਟਰ ਗੁਰਪ੍ਰੀਤ ਕੌਰ, ਡੀਨ ਫੈਕਲਟੀ ਆਫ ਲਾਅ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤਾ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ।